ਅਧਿਆਪਕ ਸਾਥੀਓ ਅੱਜ ਆਪਾਂ ਨਵੇਂ ਸੈਸ਼ਨ ਦਾ 2016-17 ਦਾ ਪਹਿਲਾ ਸਾਇੰਸ ਵਿਸ਼ੇ ਦਾ ਸਪੈਸ਼ਲ ਲੈਕਚਰ ਹੈ ਜਿਹੜਾ ਸ਼ੁਰੂ ਕਰ ਰਹੇ ਹਾਂ ਅਤੇ ਅੱਜ ਦਾ ਜੋ ਵਿਸ਼ਾ ਹੈ ਬਹੁਤ ਹੀ ਮਹੱਤਵਪੂਰਨ ਹੈ ਇਕੱਲੇ ਵਿਦਿਆਰਥੀਆਂ ਲਈ ਨਹੀਂ ਹਰੇਕ ਵਰਗ ਦੇ ਲੋਕਾਂ ਦੇ ਲਈ ਮਨੁੱਖ ਦੇ ਲਈ ਭੋਜਨ ਦੀ ਬਹੁਤ ਹੀ ਮਹੱਤਤਾ ਹੈ ਇਹ ਭੋਜਨ ਕੀ ਹੈ ਕਿੰਨਾ ਕਿੰਨਾ ਤੱਤਾਂ ਤੋਂ ਮਿਲ ਕੇ ਬਣਿਆ ਕਿੱਥੋਂ ਪ੍ਰਾਪਤ ਕਰਦੇ ਹਾਂ ਅਤੇ ਇਸ ਦੀ ਸਾਨੂੰ ਕਿਉਂ ਲੋੜ ਹੈ ਇਹ ਸਾਰੇ ਵਿਸ਼ੇ ਦੇ ਬਾਰੇ ਅੱਜ ਤੁਹਾਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ ਸਭ ਤੋਂ ਪਹਿਲਾਂ ਬੱਚਿਓ ਭੋਜਨ ਕੀ ਹੈ ਭੋਜਨ ਇੱਕ ਅਜਿਹਾ ਪਦਾਰਥ ਹੈ ਜਿਹੜਾ ਸਰੀਰ ਦੇ ਲਈ ਲੋੜੀਂਦੇ ਪੋਸ਼ਕ ਤੱਤ ਪ੍ਰਦਾਨ ਕਰਦਾ ਹੈ ਅਤੇ ਜਿਹੜਾ ਭੋਜਨ ਹੈ ਇਹ ਪੌਦਿਆਂ ਤੋਂ ਅਤੇ ਜੀਵਾਂ ਤੋਂ ਦੋਨੋਂ ਹੀ ਕਿਸਮ ਦੇ ਪਦਾਰਥਾਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ ਇਹ ਪੌਦੇ ਅਤੇ ਜਾਨਵਰ ਦੋਨਾਂ ਤੋਂ ਮਿਲਦਾ ਅਤੇ ਇਸ ਦੇ ਵਿੱਚ ਜ਼ਰੂਰੀ ਪੋਸ਼ਕ ਤੱਤ ਹੁੰਦੇ ਹੈ ਜਿਹੜੇ ਕਿ ਸਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹੈ ਅਤੇ ਬਿਮਾਰੀਆਂ ਤੋਂ ਬਚਾਉਣ ਦੇ ਵਿੱਚ ਅਤੇ ਸਾਡੇ ਸਰੀਰ ਦੇ ਵਾਧੇ ਦੇ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਯੋਗਦਾਨ ਪਾਉਂਦੇ ਹੈ ਕਿਹੜੇ ਕਿਹੜੇ ਜ਼ਰੂਰੀ ਪੋਸ਼ਕ ਤੱਤ ਹੈ ਜਿਹੜੇ ਸਾਨੂੰ ਭੋਜਨ ਤੋਂ ਪ੍ਰਾਪਤ ਹੁੰਦੇ ਹਨ ਉਹ ਹਨ ਕਾਰਬੋਹਾਈਡਰੇਟ ਚਰਬੀ ਪ੍ਰੋਟੀਨ ਖਣਿਜ ਪਦਾਰਥ ਲੂਣ ਪਾਣੀ ਅਤੇ ਵਿਟਾਮਿਨਸ ਸਭ ਤੋਂ ਪਹਿਲਾਂ ਬੱਚਿਓ ਪੌਦਿਆਂ ਤੋਂ ਕਿਹੜੇ ਕਿਹੜੇ ਭੋਜਨ ਪਦਾਰਥ ਹੈ ਸਾਨੂੰ ਪ੍ਰਾਪਤ ਹੁੰਦੇ ਆ ਸੀਰੀਅਲਸ ਪਰਲਸਸ ਵੈਜੀਟੇਬਲਸ ਫਰੂਟਸ ਯਾਨੀ ਅਨਾਜ ਦਾਲਾਂ ਸਬਜ਼ੀਆਂ ਅਤੇ ਫਲ ਇਹ ਪੌਦਿਆਂ ਤੋਂ ਪ੍ਰਾਪਤ ਹੋਣ ਵਾਲੇ ਉਤਪਾਦ ਹਨ ਇਸੇ ਤਰ੍ਹਾਂ ਜੰਤੂਆਂ ਤੋਂ ਸਾਨੂੰ ਕਿਹੜੇ ਕਿਹੜੇ ਪੋਸ਼ਕ ਪਦਾਰਥ ਜਾਂ ਭੋਜਨ ਪ੍ਰਾਪਤ ਹੁੰਦੇ ਹਨ ਜਿਸ ਤਰ੍ਹਾਂ ਦੁੱਧ ਮੀਟ ਯਾਨੀ ਮਾਸ ਅੰਡੇ ਅਤੇ ਸ਼ਹਿਦ ਇਹ ਅਸੀਂ ਜਾਨਵਰਾਂ ਤੋਂ ਪ੍ਰਾਪਤ ਕਰਦੇ ਹਾਂ ਬਹੁਤੇ ਭੋਜਨ ਪੋਸ਼ਕ ਤੱਤਾਂ ਦਾ ਮਿਸ਼ਰਣ ਹੁੰਦੇ ਹਨ ਇੱਕ ਕਿਸਮ ਦੇ ਭੋਜਨ ਤੋਂ ਇੱਕ ਕਿਸਮ ਦੇ ਪੋਸ਼ਕ ਤੱਤ ਹੀ ਸਾਨੂੰ ਪ੍ਰਾਪਤ ਨਹੀਂ ਹੁੰਦੇ ਬਹੁਤ ਸਾਰੇ ਪੋਸ਼ਕ ਤੱਤ ਹੈ ਜਿਹੜੇ ਇੱਕ ਮਿਸ਼ਰਤ ਭੋਜਨ ਤੋਂ ਸਾਨੂੰ ਪ੍ਰਾਪਤ ਹੁੰਦੇ ਹਨ ਜਿਸ ਤਰ੍ਹਾਂ ਕਿ ਪ੍ਰੋਟੀਨ ਕਾਰਬੋਹਾਈਡਰੇਟ ਪਾਣੀ ਚਰਬੀ ਅਤੇ ਤੇਲ ਅਤੇ ਇਸੇ ਤਰ੍ਹਾਂ ਵਿਟਾਮਿਨਸ ਅਤੇ ਮਿਨਰਲ ਇਹ ਸਾਰੇ ਪੋਸ਼ਕ ਤੱਤ ਮਿਲ ਕੇ ਇੱਕ ਭੋਜਨ ਪਦਾਰਥ ਦਾ ਨਿਰਮਾਣ ਕਰਦੇ ਹਨ ਬੱਚਿਓ ਪੋਸ਼ਕ ਤੱਤਾਂ ਦੇ ਆਧਾਰ 'ਤੇ ਹੀ ਭੋਜਨ ਨੂੰ ਅਸੀਂ ਅਲੱਗ ਅਲੱਗ ਵੰਨਗੀਆਂ ਦੇ ਵਿੱਚ ਵੰਡ ਦਿੰਦੇ ਹਾਂ ਜਿਨ੍ਹਾਂ ਪਦਾਰਥਾਂ ਤੋਂ ਸਾਨੂੰ ਊਰਜਾ ਮਿਲਦੀ ਹੈ ਕੰਮ ਕਰਨ ਦੀ ਸ਼ਕਤੀ ਮਿਲਦੀ ਹੈ ਉਹਨਾਂ ਨੂੰ ਊਰਜਾ ਦੇਣ ਵਾਲੇ ਭੋਜਨ ਕਿਹਾ ਜਾਂਦਾ ਹੈ ਅਤੇ ਉਹ ਭੋਜਨ ਕਿਹੜੇ ਕਿਹੜੇ ਹੈ ਕਾਰਬੋਹਾਈਡਰੇਟ ਅਤੇ ਚਰਬੀ ਦੋਨੋਂ ਹੀ ਊਰਜਾ ਦੇਣ ਵਾਲੇ ਭੋਜਨ ਪਦਾਰਥ ਹਨ ਬੱਚਿਓ ਤਸਵੀਰ ਦੇ ਵਿੱਚ ਤੁਸੀਂ ਬਹੁਤ ਸਾਰੇ ਭੋਜਨ ਪਦਾਰਥਾਂ ਨੂੰ ਦੇਖ ਰਹੇ ਹੋ ਜਿਸ ਤਰ੍ਹਾਂ ਕਿ ਅੰਡੇ ਸ਼ਹਿਦ ਨਿੰਬੂ ਅਤੇ ਡਰਮ ਸਟਿਕਸ ਹਰਾ ਪਿਆਜ ਆਲੂ ਅਤੇ ਮਾਸ ਲਸਣ ਪਿਆਜ਼ ਜਿਹੜਾ ਹੈ ਮਾਸ ਦਿੱਤਾ ਹੋਇਆ ਇੱਥੇ ਚਨੇ ਦੀ ਦਾਲ ਦਿੱਤੀ ਹੋਈ ਹੈ ਪਨੀਰ ਦਿੱਤਾ ਹੋਇਆ ਅਤੇ ਬਟਰ ਦਿੱਤਾ ਹੋਇਆ ਇਹ ਸਾਰੀਆਂ ਚੀਜ਼ਾਂ ਹੀ ਹੈ ਜਿਹੜੀਆਂ ਸਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਦੀਆਂ ਕਾਰਬੋਹਾਈਡਰੇਟ ਬੱਚਿਓ ਕਾਰਬੋਹਾਈਡਰੇਟ ਅਨਾਜ ਦੇ ਵਿੱਚ ਸਾਨੂੰ ਪ੍ਰਾਪਤ ਹੁੰਦਾ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਸਹਿ ਉਤਪਾਦ ਹੈ ਜਿਹੜੇ ਕਿ ਅਨਾਜ ਤੋਂ ਤਿਆਰ ਕੀਤੇ ਜਾਂਦੇ ਆ ਜਿਹੜੇ ਕਿ ਕਾਰਬੋਹਾਈਡਰੇਟ ਭਰਪੂਰ ਹੁੰਦੇ ਆ ਅਤੇ ਸਵੇਰੇ ਨਾਸ਼ਤੇ ਦੇ ਵਿੱਚ ਅੱਜ ਕੱਲ੍ਹ ਬਹੁਤ ਸਾਰੇ ਇਸ ਤਰ੍ਹਾਂ ਦੇ ਪਦਾਰਥ ਪ੍ਰਚਲਿਤ ਹੈ ਜਿਹੜੇ ਕਿ ਕਾਰਬੋਹਾਈਡਰੇਟ ਦਾ ਹੀ ਬਦਲਿਆ ਹੋਇਆ ਰੂਪ ਹੁੰਦਾ ਹੈ ਤੁਸੀਂ ਸੁਬਹਾ ਨਾਸ਼ਤੇ ਦੇ ਵਿੱਚ ਕੋਰਨਫਲੈਕਸ ਲੈਂਦੇ ਹੋ ਦੁੱਧ ਦੇ ਵਿੱਚ
ਇਹ ਵੀ ਹੈ ਜਿਹੜਾ ਕਾਰਬੋਹਾਈਡਰੇਟ ਤੋਂ ਹੀ ਇੱਕ ਬਣਿਆ ਹੋਇਆ ਉਤਪਾਦ ਹੈ ਅਤੇ ਸਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ, ਪਰੰਤੂ ਕੈਲੋਰੀ ਦੀ ਮਾਤਰਾ ਹੈ ਜਿਹੜੀ ਇਹਨਾਂ ਦੇ ਵਿੱਚ ਘੱਟ ਹੁੰਦੀ ਹੈ ਜਿੰਨੀ ਕਿ ਸਾਡੇ ਸਰੀਰ ਨੂੰ ਜ਼ਰੂਰਤ ਹੁੰਦੀ ਹੈ। ਇਸੇ ਤਰ੍ਹਾਂ ਬੱਚਿਓ, ਚਰਬੀ ਦੇਣ ਵਾਲੇ ਅਤੇ ਤੇਲ ਦੇਣ ਵਾਲੇ ਭੋਜਨ ਹਨ, ਜਿੰਨੇ ਵੀ ਡਰਾਈ ਫਰੂਟਸ ਹੈ, ਸੁੱਕੇ ਮੇਵੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਇਹ ਸਾਰੇ ਹੀ ਚਰਬੀ ਅਤੇ ਤੇਲ ਦੇ ਚੰਗੇ ਸਰੋਤ ਹੈ। ਇਸੇ ਤਰ੍ਹਾਂ ਅੰਡਾ ਹੈ, ਇਸ ਦਾ ਪੀਲਾ ਭਾਗ ਹੈ ਜੋ ਅੰਡੇ ਦਾ, ਉਹ ਚਰਬੀ ਦਾ ਚੰਗਾ ਸਰੋਤ ਹੈ। ਇਸੇ ਤਰ੍ਹਾਂ ਤੇਲ ਹੈ, ਰਿਫਾਇੰਡ ਤੇਲ ਹੈ, ਬਟਰ ਹੈ ਅਤੇ ਬਹੁਤ ਸਾਰੇ ਜਿਹੜੇ ਡਰਾਈ ਫਰੂਟਸ ਹੈ, ਨਟਸ ਹੈ, ਇਹ ਸਾਰੇ ਸਾਨੂੰ ਚਰਬੀ ਅਤੇ ਤੇਲ ਪ੍ਰਦਾਨ ਕਰਦੇ ਹਨ। ਅਤੇ ਚਰਬੀ ਅਤੇ ਤੇਲ ਦੀ ਬੱਚੋ ਸਾਡੇ ਸਰੀਰ ਨੂੰ ਕਿਉਂ ਜ਼ਰੂਰਤ ਹੈ? ਕਿਉਂਕਿ ਇਹ ਊਰਜਾ ਦਿੰਦੇ ਹੈ ਅਤੇ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਬਚਾਉਂਦੇ ਹੈ। ਅਤੇ ਜੇ ਸਾਡੇ ਹੱਡੀਆਂ ਦੇ ਵਿੱਚ, ਸਾਡੇ ਸਰੀਰ ਦੇ ਵਿੱਚ, ਮਾਸਪੇਸ਼ੀਆਂ ਦੇ ਵਿੱਚ ਚਰਬੀ ਅਤੇ ਤੇਲ ਦੀ ਘਾਟ ਹੋ ਜਾਂਦੀ ਹੈ ਤਾਂ ਸਾਡੀ ਜਿਹੜੀ ਕੰਮ ਕਰਨ ਦੀ ਸਮਰੱਥਾ ਹੈ ਉਹ ਘੱਟ ਜਾਂਦੀ ਹੈ। ਬੱਚੋ, ਇੱਥੇ ਚਿੱਤਰ ਦੇ ਵਿੱਚ ਤੁਸੀਂ ਦੋ ਚਿੱਤਰ ਹੈ ਜਿਹੜੇ ਵੇਖ ਰਹੇ ਹੋ। ਇੱਕ ਤਾਂ ਦੇਖੋ ਨਹੁੰਆਂ ਦੀ ਹਾਲਤ ਦਿਖਾਈ ਗਈ ਹੈ। ਨਹੁੰ ਕੀ ਚੀਜ਼ ਹੈ? ਡੈੱਡ ਪ੍ਰੋਟੀਨ ਹੈ, ਸਾਡੇ ਸਰੀਰ ਦੀ ਡੈੱਡ ਪ੍ਰੋਟੀਨ ਹੈ। ਜਿਹੜਾ ਇਹ ਚਿੱਟਾ ਪੋਰਸ਼ਨ ਆਪਾਂ ਕੱਟਦੇ ਹਾਂ, ਇਹ ਪ੍ਰੋਟੀਨ ਦਾ ਜਿਹੜਾ ਮ੍ਰਿਤ ਪੋਰਸ਼ਨ ਹੁੰਦਾ ਹੈ। ਇਸੇ ਕਰਕੇ ਜਦੋਂ ਅਸੀਂ ਬਾਲ ਕੱਟਦੇ ਹਾਂ ਉਹ ਵੀ ਪ੍ਰੋਟੀਨ ਤੋਂ ਬਣੇ ਹੁੰਦੇ ਹੈ ਅਤੇ ਨਹੁੰ ਵੀ। ਅਤੇ ਜਦੋਂ ਅਸੀਂ ਬਾਲ ਕੱਟਦੇ ਹਾਂ ਜਾਂ ਨਹੁੰ ਕੱਟਦੇ ਹਾਂ ਤਾਂ ਸਾਨੂੰ ਦਰਦ ਮਹਿਸੂਸ ਨਹੀਂ ਹੁੰਦਾ। ਕਿਉਂ? ਕਿਉਂਕਿ ਇਹ ਡੈੱਡ ਪ੍ਰੋਟੀਨ ਹੁੰਦੀ ਹੈ, ਮ੍ਰਿਤ ਪ੍ਰੋਟੀਨ ਹੁੰਦੀ ਹੈ। ਅਤੇ ਜੇ ਸਾਡੇ ਸਰੀਰ ਦੇ ਵਿੱਚ ਚਰਬੀ ਅਤੇ ਤੇਲ ਦੀ ਘਾਟ ਹੋ ਜਾਵੇ ਤਾਂ ਸਾਡੇ ਨਹੁੰ ਹੈ ਜਿਹੜੇ ਟੁੱਟਣੇ ਸ਼ੁਰੂ ਹੋ ਜਾਂਦੇ, ਇਹਨਾਂ ਦੇ ਵਿੱਚ ਤਰੇੜਾਂ ਆ ਜਾਂਦੀਆਂ। ਅਤੇ ਦੇਖੋ ਕਿਸ ਤਰ੍ਹਾਂ ਸਾਈਡਾਂ ਤੋਂ ਬੇਢਵੇ ਭੁਰੇ ਹੋਏ ਹੈ। ਅਤੇ ਇਸੇ ਤਰ੍ਹਾਂ ਸਾਡੀ ਜਿਹੜੀ ਚਮੜੀ ਹੈ ਉਹ ਖੁਸ਼ਕ ਹੋ ਜਾਂਦੀ ਹੈ, ਉੱਪਰੋਂ ਇਸ ਦੀਆਂ ਸਕੇਲਸ ਲੈਣੀਆਂ ਸ਼ੁਰੂ ਹੋ ਜਾਂਦੀਆਂ ਅਤੇ ਕਈ ਵਾਰੀ ਚਮੜੀ ਦੇ ਵਿੱਚ ਕੱਟ ਬਣ ਜਾਂਦੇ, ਜਿਸ ਨੂੰ ਆਪਾਂ ਬਿਆਈਆਂ ਵੀ ਕਹਿ ਦਿੰਦੇ ਹਾਂ। ਅਤੇ ਜੇ ਬੱਚੋ ਚਰਬੀ ਅਤੇ ਤੇਲ ਦੀ ਅਸੀਂ ਲੋੜ ਨਾਲੋਂ ਵੱਧ ਮਾਤਰਾ ਦੇ ਵਿੱਚ ਇਸਤੇਮਾਲ ਕਰਾਂਗੇ ਤਾਂ ਤੁਸੀਂ ਆਪਣੇ ਆਲੇ ਦੁਆਲੇ ਕਈ ਇਸ ਤਰ੍ਹਾਂ ਦੇ ਮਨੁੱਖ ਦੇਖੇ ਹੋਣਗੇ, ਔਰਤਾਂ ਜਾਂ ਆਦਮੀ ਦੇਖੇ ਹੋਣਗੇ ਜਿਨ੍ਹਾਂ ਦੀਆਂ ਅੱਖਾਂ ਦੇ ਅਗਲੇ ਪੋਰਸ਼ਨ ਦੇ ਉੱਪਰਲੇ ਪਾਸੇ ਤੁਹਾਨੂੰ ਕੁਝ ਜਮ੍ਹਾਂ ਹੋਈ ਚਰਬੀ ਜਾਂ ਉਭਾਰ ਜਿਹੇ ਦਿਖਾਈ ਦਿੰਦੇ ਹੈ। ਇਹ ਉਭਾਰ ਕੀ ਚੀਜ਼ ਹੈ? ਸਾਡੇ ਸਰੀਰ ਦੇ ਵਿੱਚ ਵਧੀ ਹੋਈ ਚਰਬੀ ਦਾ ਹੀ ਇੱਕ ਰੂਪ ਹਨ। ਇਸੇ ਤਰ੍ਹਾਂ ਜੇ ਦਿਲ ਦੀਆਂ ਧਮਣੀਆਂ ਦੇ ਵਿੱਚ ਚਰਬੀ ਦੀ ਬਹੁਤਾਤ ਹੋ ਜਾਵੇ, ਜ਼ਿਆਦਾ ਚਰਬੀ ਜੰਮ ਜਾਵੇ ਤਾਂ ਧਮਣੀਆਂ ਦੇ ਵਿੱਚੋਂ ਖੂਨ ਦੇ ਬਹਾਓ ਦੇ ਵਿੱਚ ਰੁਕਾਵਟ ਪੈਦਾ ਹੋ ਜਾਂਦੀ ਹੈ ਅਤੇ ਉਸ ਬਲੋਕੇਜ ਦੇ ਕਾਰਨ, ਇਹ ਰੁਕਾਵਟ ਹੋਣ ਦੇ ਕਾਰਨ ਦਿਲ ਦਾ ਜਿਹੜੀਆਂ ਮਾਸਪੇਸ਼ੀਆਂ ਜਾਂ ਧਮਣੀਆਂ ਨੂੰ ਬਹੁਤ ਜ਼ੋਰ ਦੇ ਨਾਲ ਪੰਪ ਕਰਨਾ ਪੈਂਦਾ ਅਤੇ ਇਸ ਨੂੰ ਹਾਰਟ ਅਟੈਕ ਵੀ ਕਿਹਾ ਜਾਂਦਾ ਹੈ। ਇਸ ਕਰਕੇ ਨਾ ਜ਼ਿਆਦਾ ਮਾਤਰਾ ਦੇ ਵਿੱਚ ਅਤੇ ਨਾ ਹੀ ਘੱਟ ਮਾਤਰਾ ਦੇ ਵਿੱਚ ਜਿਹੜੀ ਚਰਬੀ ਅਤੇ ਤੇਲ ਹੈ ਉਹ ਸਾਡੇ ਲਈ ਲਾਹੇਵੰਦ ਹੈ। ਇਸ ਤੋਂ ਬਾਅਦ ਬੱਚੋ, ਸਰੀਰ ਨੂੰ ਬਣਾਉਣ ਵਾਲੇ ਭੋਜਨ, ਜਿਹੜਾ ਪਹਿਲਾਂ ਆਪਾਂ ਪੋਰਸ਼ਨ ਕਵਰ ਕੀਤਾ ਹੈ ਉਹ ਕੀ ਸੀ? ਸਰੀਰ ਨੂੰ ਊਰਜਾ ਦੇਣ ਵਾਲੇ ਭੋਜਨ, ਚਰਬੀ ਅਤੇ ਤੇਲ। ਅਤੇ ਹੁਣ ਜਿਹੜਾ ਟੌਪਿਕ ਆਪਾਂ ਕਵਰ ਕਰਨਾ ਉਹ ਹੈ ਸਰੀਰ ਨੂੰ ਬਣਾਉਣ ਵਾਲੇ ਭੋਜਨ। ਜਦੋਂ ਅਸੀਂ ਕੋਈ ਥਕਾਵਟ ਵਾਲਾ ਕੰਮ ਕਰਦੇ ਹਾਂ, ਭਾਵ ਜਿੱਥੇ ਸਰੀਰ ਨੂੰ ਜ਼ਿਆਦਾ ਤਾਕਤ ਲਾਉਣੀ ਪੈਂਦੀ ਹੈ, ਜਿਵੇਂ ਕਹੀ ਦਾ ਕੰਮ ਕਰਨਾ ਹੋਵੇ, ਅਤੇ ਜਾਂ ਜ਼ਿਆਦਾ ਊਰਜਾ ਦੀ ਜਿੱਥੇ ਖਪਤ ਹੁੰਦੀ ਹੈ, ਤਾਂ ਸਾਡੇ ਸਰੀਰ ਦੀਆਂ ਜਿਹੜੀਆਂ ਮਾਸਪੇਸ਼ੀਆਂ ਉਹਨਾਂ ਦੇ ਵਿੱਚ ਟੁੱਟ ਭੱਜ ਹੋ ਜਾਂਦੀ ਹੈ ਅਤੇ ਸਾਡਾ ਸਰੀਰ ਹੈ ਜਿਹੜਾ ਥੱਕਿਆ ਮਹਿਸੂਸ ਕਰਦਾ। ਅਤੇ ਜਾਂ ਜਦੋਂ ਅਸੀਂ ਕਦੇ ਕਿਸੇ ਬਿਮਾਰੀ ਤੋਂ ਉੱਠੀਏ, ਉਸ ਸਮੇਂ ਵੀ
ਸਾਡੇ ਸਰੀਰ ਦੇ ਵਿੱਚ ਕੰਮ ਕਰਨ ਦੀ ਜਾਂ ਖੜ੍ਹੇ ਹੋਣ ਦੀ ਸਮਰੱਥਾ ਨਹੀਂ ਰਹਿੰਦੀ। ਉਸ ਵੇਲੇ ਸਾਨੂੰ ਪ੍ਰੋਟੀਨ ਵਾਲੇ ਭੋਜਨ ਦੀ ਵੱਧ ਤੋਂ ਵੱਧ ਲੋੜ ਹੁੰਦੀ ਹੈ। ਕਿਹੜੇ ਕਿਹੜੇ ਆਮ ਪਦਾਰਥ ਹੈ ਜਿਹੜੇ ਜਿਨ੍ਹਾਂ ਤੋਂ ਅਸੀਂ ਪ੍ਰੋਟੀਨ ਹੈ ਜਿਹੜਾ ਪ੍ਰਾਪਤ ਕਰ ਸਕਦੇ ਹਾਂ, ਜਿਸ ਤਰ੍ਹਾਂ ਟਮਾਟਰ ਹੈ, ਖੱਟੇ ਫਲ ਹੈ, ਸੇਬ, ਅੰਗੂਰ, ਗਾਜਰ, ਅੰਡਾ, ਮਾਸ, ਬਟਰ ਅਤੇ ਅਨਾਜ, ਜਾਂ ਪੁੰਗਰੀਆਂ ਹੋਈਆਂ ਦਾਲਾਂ, ਬਰਾਊਨ ਬ੍ਰੈਡ, ਇਹ ਸਾਰੇ ਸਰੀਰ ਨੂੰ ਬਣਾਉਣ ਵਾਲੇ ਭੋਜਨ। ਅਤੇ ਸਭ ਤੋਂ ਪੌਸ਼ਟਿਕ ਭੋਜਨ ਹੈ ਜਿਹੜਾ ਪ੍ਰੋਟੀਨ ਦਾ ਸਰੋਤ, ਜਾਂ ਜਿਸ ਨੂੰ ਬੈਲੈਂਸਡ ਡਾਇਟ ਜਾਂ ਸੰਤੁਲਿਤ ਭੋਜਨ ਵੀ ਕਿਹਾ ਜਾਂਦਾ, ਉਹ ਹੈ ਦੁੱਧ। ਇਸ ਦੇ ਵਿੱਚ ਕੈਲਸ਼ੀਅਮ, ਵਿਟਾਮਿਨਸ, ਪ੍ਰੋਟੀਨ, ਹਰ ਕਿਸਮ ਦੇ ਤੱਤ ਹੈ ਜਿਹੜੇ ਪੂਰੀ ਨਿਸ਼ਚਿਤ ਮਾਤਰਾ ਦੇ ਵਿੱਚ ਮਿਲਦੇ ਹੈ, ਜਿਹੜੀ ਕਿ ਸਾਡੇ ਸਰੀਰ ਨੂੰ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦਗਾਰ ਹੁੰਦੇ ਹੈ। ਪ੍ਰੋਟੀਨ ਭਰਪੂਰ ਕੁਝ ਸਬਜ਼ੀਆਂ। ਬੱਚਿਓ, ਮਾਸ ਤਾਂ ਜਾਂ ਅੰਡੇ ਤਾਂ ਪ੍ਰੋਟੀਨ ਦਾ ਸਰੋਤ ਹੈ ਹੀ, ਪਰੰਤੂ ਕੁਝ ਇੱਕ ਸਬਜ਼ੀਆਂ ਅਤੇ ਫਲ ਵੀ ਇਸ ਤਰ੍ਹਾਂ ਦੇ ਹੈ ਜਿਨ੍ਹਾਂ ਦੇ ਵਿੱਚੋਂ ਅਸੀਂ ਭਰਪੂਰ ਮਾਤਰਾ ਦੇ ਵਿੱਚ ਪ੍ਰੋਟੀਨ ਪ੍ਰਾਪਤ ਕਰ ਸਕਦੇ ਹਾਂ। ਜਿਸ ਤਰ੍ਹਾਂ ਕਿ ਇਸ ਚਿੱਤਰ ਦੇ ਵਿੱਚ ਦਿਖਾਇਆ ਗਿਆ, ਸਭ ਤੋਂ ਉੱਪਰ ਹੈ ਪਾਲਕ, ਸਪਿਨਚ। ਇਹਦੇ ਵਿੱਚ 49% ਤੱਕ ਪ੍ਰੋਟੀਨ ਹੁੰਦਾ। ਇਸੇ ਤਰ੍ਹਾਂ ਕੌਲੀਫਲਾਵਰ ਯਾਨੀ ਗੋਭੀ ਦਾ ਫੁੱਲ ਗੋਭੀ, ਇਹਦੇ ਵਿੱਚ 40% ਤੱਕ ਪ੍ਰੋਟੀਨ ਹੁੰਦੀ ਹੈ। ਇਸੇ ਤਰ੍ਹਾਂ ਕੁਕੰਬਰ, ਖੀਰਾ, ਇਸਦੇ ਵਿੱਚ 24% ਤੱਕ ਪ੍ਰੋਟੀਨ ਹੁੰਦੀ ਹੈ। ਅਤੇ ਇਸੇ ਤਰ੍ਹਾਂ ਬੱਚੋ ਟਮਾਟਰ ਹੈ, ਇਹਨਾਂ ਦੇ ਵਿੱਚ 18% ਤੱਕ ਪ੍ਰੋਟੀਨ ਹੁੰਦੀ ਹੈ। ਅਤੇ ਇੱਥੇ ਬੱਚੋ ਸਾਨੂੰ ਇਹ ਵੀ ਪਤਾ ਲੱਗਦਾ ਕਿ ਜਿਹੜੇ ਬੱਚੇ ਮਾਸ ਵਾਲਾ ਭੋਜਨ ਨਹੀਂ ਲੈਣਾ ਚਾਹੁੰਦੇ, ਵੈਜੀਟੇਰੀਅਨ ਹੈ, ਤਾਂ ਉਹ ਹਰੀਆਂ ਪੱਤੇਦਾਰ ਫਲ ਸਬਜ਼ੀਆਂ ਤੋਂ ਵੀ ਆਪਣੀ ਰੋਜ਼ਾਨਾ ਦੀ ਪ੍ਰੋਟੀਨ ਦੀ ਜਿਹੜੀ ਮਾਤਰਾ ਹੈ ਉਹ ਲੈ ਸਕਦੇ। ਇਸ ਤੋਂ ਇਲਾਵਾ ਬੱਚੋ ਪ੍ਰੋਟੀਨ ਦਾਲਾਂ ਦੇ ਵਿੱਚ ਸਾਬਤ ਦਾਲ ਹੈ, ਚਨੇ ਦੀ ਦਾਲ ਹੈ, ਰਾਜਮਾ ਹੈ, ਮਟਰ ਸੁਕਾਏ ਹੋਏ ਜਿਹੜੇ ਹੈ, ਇਸੇ ਤਰ੍ਹਾਂ ਅਰਹਰ ਹੈ, ਇਹਨਾਂ ਸਾਰੀਆਂ ਦਾਲਾਂ ਦੇ ਵਿੱਚ ਵੀ ਪ੍ਰੋਟੀਨ ਭਰਪੂਰ ਮਾਤਰਾ ਦੇ ਵਿੱਚ ਹੁੰਦਾ, ਜਿਹੜਾ ਕਿ ਸਾਡੇ ਸਰੀਰ ਦੇ ਵਾਧੇ ਦੇ ਲਈ ਜਾਂ ਟੁੱਟੇ ਭੱਜੇ ਤੰਤੂਆਂ ਦੀ ਮੁਰੰਮਤ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਬੱਚੋ, ਪ੍ਰੋਟੀਨ ਦੀ ਘਾਟ ਦੇ ਨਾਲ ਕੁਝ ਰੋਗ ਹੋ ਜਾਂਦੇ। ਜਦੋਂ ਲੰਬੇ ਸਮੇਂ ਤੱਕ ਇੱਕ ਕਿਸਮ ਦੇ ਭੋਜਨ ਪਦਾਰਥ ਦੀ ਸਾਨੂੰ ਨਿਸ਼ਚਿਤ ਮਾਤਰਾ ਨਾ ਮਿਲੇ, ਤਾਂ ਇਸ ਤਰ੍ਹਾਂ ਸਰੀਰ ਦੇ ਵਿੱਚ ਉਸ ਭੋਜਨ ਪਦਾਰਥ ਦੀ ਘਾਟ ਹੋ ਜਾਂਦੀ ਹੈ, ਉਸ ਪੋਸ਼ਕ ਤੱਤ ਦੀ ਘਾਟ ਹੋ ਜਾਂਦੀ ਹੈ। ਅਤੇ ਇਸ ਤਰ੍ਹਾਂ ਇਹਨਾਂ ਭੋਜਨ ਪਦਾਰਥਾਂ ਦੇ ਲੰਮੇ ਸਮੇਂ ਤੱਕ ਨਾ ਮਿਲਣ ਦੇ ਕਾਰਨ ਜਿਹੜੇ ਰੋਗ ਪੈਦਾ ਹੁੰਦੇ ਆ ਉਹਨਾਂ ਨੂੰ ਤਰੁੱਟੀ ਰੋਗ ਜਾਂ ਘਾਟ ਰੋਗ ਕਿਹਾ ਜਾਂਦਾ। ਇਹ ਰੋਗ ਖਾਸ ਤੌਰ 'ਤੇ ਛੋਟੀ ਉਮਰ ਦੇ ਬੱਚਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੇ ਹੈ, ਖਾਸ ਤੌਰ 'ਤੇ 5 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ। ਜੇ ਉਹਨਾਂ ਨੂੰ ਮਾਂ ਦਾ ਜਿਹੜਾ ਦੁੱਧ ਹੈ ਪ੍ਰੋਪਰ ਨਾ ਮਿਲੇ ਛੋਟੀ ਉਮਰ ਦੇ ਵਿੱਚ, ਜਾਂ ਪੂਰੀ ਪੌਸ਼ਟਿਕ ਭੋਜਨ ਹੈ ਜਾਂ ਖੁਰਾਕ ਹੈ ਉਹਨਾਂ ਨੂੰ ਨਾ ਮਿਲੇ, ਇਹਦੇ ਵੀ ਕਈ ਕਾਰਨ ਹੋ ਸਕਦੇ ਹੈ। ਗਰੀਬੀ ਵੀ ਹੋ ਸਕਦੀ ਹੈ, ਅਗਿਆਨਤਾ ਵੀ ਹੋ ਸਕਦੀ ਹੈ, ਜਿਸ ਦੇ ਕਾਰਨ ਉਹਨਾਂ ਬੱਚਿਆਂ ਨੂੰ ਇਹ ਭੋਜਨ ਪਦਾਰਥ ਹੈ ਜਿਹੜੇ ਲੰਬੇ ਸਮੇਂ ਤੱਕ ਨਹੀਂ ਮਿਲਦੇ, ਜਿਸ ਦੇ ਕਾਰਨ ਇਹ ਤਰੁੱਟੀ ਰੋਗ ਜਾਂ ਘੱਟ ਰੋਗ ਹੋ ਜਾਂਦੇ ਹੈ। ਅਤੇ ਐਸਾ ਹੀ ਇੱਕ ਰੋਗ ਹੈ ਮੈਰਾਸਮਸ। ਇੱਥੇ ਚਿੱਤਰ ਦੇ ਵਿੱਚ ਇੱਕ ਬੱਚੇ ਦਾ ਚਿੱਤਰ ਦਿਖਾਇਆ ਗਿਆ, ਤੁਸੀਂ ਇਸ ਦੀ ਸਰੀਰਕ ਹਾਲਤ ਹੈ ਜਿਹੜੀ ਬੱਚੇ ਦੀ ਦੇਖ ਸਕਦੇ ਹੋ, ਕਿਸ ਪ੍ਰਕਾਰ ਦਾ ਇਹ ਜਿਹੜਾ ਦਿਖਾਈ ਦਿੰਦਾ ਹੈ। ਇਹਦੇ ਨਾਲ ਪ੍ਰੋਟੀਨ ਦੀ ਘਾਟ ਦਾ ਜਿਹੜਾ ਮੈਰਾਸਮਸ ਰੋਗ ਹੈ, ਇਹਦੇ ਨਾਲ ਕੀ ਕਮੀਆਂ ਹੁੰਦੀਆਂ ਸਰੀਰ ਦੇ ਵਿੱਚ। ਇੱਕ ਤਾਂ ਬੱਚੇ ਦਾ ਵਿਕਾਸ ਰੁਕ ਜਾਂਦਾ, ਬੱਚੇ ਦਾ ਭਾਰ ਘੱਟ ਜਾਂਦਾ,
ਤੇ ਇਹਦੀਆਂ ਪੱਸਲੀਆਂ ਜਿਹੜੀਆਂ ਤੁਸੀਂ ਦੇਖ ਹੀ ਰਹੇ ਹੋ, ਰਿਬਸ ਕਿਵੇਂ ਬਾਹਰ ਨੂੰ ਉੱਭਰੀਆਂ ਹੋਈਆਂ ਦਿਖਾਈ ਦਿੰਦੀਆਂ। ਅੱਖਾਂ ਜਿਹੜੀਆਂ ਅੰਦਰ ਨੂੰ ਧੱਸ ਜਾਂਦੀਆਂ। ਚਮੜੀ ਹੈ ਜਿਹੜੀ ਬੇਜਾਨ ਹੋ ਜਾਂਦੀ ਹੈ, ਖੁਸ਼ਕ ਹੋ ਜਾਂਦੀ ਹੈ, ਅਤੇ ਸਰੀਰ ਹੈ ਜਿਹੜਾ ਕਮਜ਼ੋਰ ਹੋ ਜਾਂਦਾ। ਬੱਚਾ ਜਿਹੜਾ ਚੰਗੀ ਤਰ੍ਹਾਂ ਚੱਲ ਫਿਰ ਵੀ ਨਹੀਂ ਸਕਦਾ, ਅਤੇ ਉਹਦੀਆਂ ਜਿਹੜੀਆਂ ਰੋਜ਼ਾਨਾ ਜ਼ਿੰਦਗੀ ਦੀਆਂ ਗਤੀਵਿਧੀਆਂ ਉਹ ਵੀ ਆਪਣੀ ਉਮਰ ਦੇ ਹਿਸਾਬ ਨਾਲ ਸਹੀ ਨਹੀਂ ਕਰ ਸਕਦਾ। ਇਸੇ ਤਰ੍ਹਾਂ ਬੱਚੋ, ਪ੍ਰੋਟੀਨ ਦੀ ਘਾਟ ਦੇ ਨਾਲ ਇੱਕ ਹੋਰ ਰੋਗ ਹੈ, ਕਵਾਸਕਰ ਰੋਗ। ਇਸ ਰੋਗ ਤੋਂ ਪੀੜਤ ਬੱਚਿਆਂ ਦੀ ਹਾਲਤ ਵੀ ਤੁਸੀਂ ਦੇਖ ਰਹੇ ਹੋ। ਬੱਚੇ ਦੇ ਬਾਲ ਹੈ ਜਿਹੜੇ ਬਰਾਊਨ ਕਲਰ ਦੇ ਹੋ ਜਾਂਦੇ ਹੈ, ਪੇਟ ਹੈ ਜਿਹੜਾ ਆਮ ਤੌਰ 'ਤੇ ਜ਼ਿਆਦਾ ਵੱਧ ਜਾਂਦਾ, ਅਤੇ ਲੱਤਾਂ ਬਾਹਾਂ ਜਿਹੜੀਆਂ ਬੱਚੇ ਦੀਆਂ ਕਮਜ਼ੋਰ ਹੋ ਜਾਂਦੀਆਂ। ਬੱਚੇ ਦੀ ਕੰਮ ਕਰਨ ਦੀ ਸਮਰੱਥਾ ਹੈ ਜਿਹੜੀ, ਜਾਂ ਉਹਦਾ ਵਿਕਾਸ ਹੈ, ਉਹ ਵੀ ਰੁਕ ਜਾਂਦਾ। ਅਤੇ ਜੇ ਸਹੀ ਸਮੇਂ 'ਤੇ ਇਹਨਾਂ ਰੋਗਾਂ ਬਾਰੇ ਜਾਂਚ ਕਰਵਾ ਲਈ ਜਾਵੇ ਅਤੇ ਜ਼ਰੂਰੀ ਪੋਸ਼ਕ ਤੱਤ ਇਹਨਾਂ ਬੱਚਿਆਂ ਨੂੰ ਦੇ ਦਿੱਤੇ ਜਾਣ, ਤਾਂ ਇਹ ਆਪਣੀ ਜਿਹੜੀ ਜ਼ਿੰਦਗੀ ਹੈ ਉਸ ਨੂੰ ਸਹੀ ਤਰੀਕੇ ਦੇ ਨਾਲ ਜੀ ਸਕਦੇ ਹੈ ਅਤੇ ਇਸ ਰੋਗ ਤੋਂ ਮੁਕਤੀ ਪਾ ਸਕਦੇ ਹੈ। ਇਹ ਰੋਗ ਮੋਸਟਲੀ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੇ ਹੈ। ਬੱਚੋ, ਅੱਜ ਮਾਰਕੀਟ ਦੇ ਵਿੱਚ ਭਾਂਤ ਭਾਂਤ ਦੇ ਪਦਾਰਥ ਹੈ ਜਿਹੜੇ ਅੱਖਾਂ ਨੂੰ ਲੁਭਾਉਂਦੇ ਹੈ, ਉਹ ਉਪਲਬਧ ਹੈ। ਅਤੇ ਜਿਹੜੇ ਬੱਚੇ ਆਪਣੇ ਘਰ ਪਰਿਵਾਰ ਤੋਂ ਦੂਰ ਰਹਿੰਦੇ ਹੈ, ਜਾਂ ਜ਼ਿੰਦਗੀ ਇੰਨੀ ਫਾਸਟ ਹੋ ਗਈ ਹੈ ਕਿ ਉਹਨਾਂ ਨੂੰ ਖਾਣਾ ਬਣਾਉਣ ਦਾ ਵੀ ਟਾਈਮ ਨਹੀਂ ਮਿਲਦਾ, ਜਾਂ ਆਪਣੇ ਪੜ੍ਹਾਈ ਦੇ ਲਈ ਉਹ ਘਰ ਤੋਂ ਦੂਰ ਜਾਂਦੇ ਹੈ, ਤਾਂ ਉਹ ਕੀ ਕਰਦੇ ਹੈ, ਆਪਣੀ ਜ਼ਰੂਰਤ ਨੂੰ ਜਾਂ ਪੇਟ ਭਰਨ ਦੇ ਲਈ ਉਹ ਕਈ ਵਾਰੀ ਗਲਤ ਖਾਣਾ ਜਿਹੜਾ ਹੈ, ਉਹ ਗਲਤ ਰਾਹ ਹੈ, ਉਹ ਚੁਣ ਲੈਂਦੇ ਹੈ। ਇੱਥੇ ਚਿੱਤਰ ਦੇ ਵਿੱਚ ਇੱਕ ਮਨੁੱਖ ਨੂੰ ਸ਼ਸ਼ੋਪੰਜ ਦੇ ਵਿੱਚ ਦਿਖਾਇਆ ਗਿਆ ਕਿ ਉਹ ਜੇ ਸਿਹਤਮੰਦ ਰਹਿਣਾ ਚਾਹੁੰਦਾ ਹੈ ਤਾਂ ਉਸਨੂੰ ਕਿਸ ਕਿਸਮ ਦੇ ਭੋਜਨ ਵਾਲੀ ਲਾਈਨ ਹੈ ਜਿਹੜੀ ਅਪਣਾਉਣੀ ਚਾਹੀਦੀ ਹੈ। ਉਹ ਫਾਸਟ ਫੂਡ ਖਾਵੇ ਕਿ ਹਰੀਆਂ ਸਬਜ਼ੀਆਂ ਜਾਂ ਫਲ ਫਰੂਟ ਖਾਵੇ। ਤਾਂ ਇੱਥੇ ਬੱਚਿਓ, ਅਸੀਂ ਸਹੀ ਰਸਤਾ ਜਿਹੜਾ ਉਹ ਚੁਣਨਾ ਹੈ। ਅਸੀਂ ਕੱਚੇ ਭੋਜਨ ਪਦਾਰਥਾਂ ਨੂੰ ਅਤੇ ਜਾਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਜਾਂ ਫਲ ਫਰੂਟ ਹੈ ਜਿਹੜੇ, ਉਹਨਾਂ ਨੂੰ ਚੁਣਨਾ ਜਿਹੜਾ ਸਾਡੇ ਲਈ ਲਾਹੇਵੰਦ ਰਹੂਗਾ। ਜੇ ਬੱਚੋ, ਲਗਾਤਾਰ ਤਲੇ ਹੋਏ ਭੋਜਨ ਪਦਾਰਥਾਂ ਦੀ ਅਸੀਂ ਵਰਤੋਂ ਕਰਾਂਗੇ ਤਾਂ ਸਾਡੇ ਸਰੀਰ ਦੇ ਵਿੱਚ ਚਰਬੀ ਦੀ ਮਾਤਰਾ ਜਿਹੜੀ ਵੱਧ ਜੂ, ਕਿਉਂਕਿ ਇਹਨਾਂ ਪਦਾਰਥਾਂ ਦੇ ਵਿੱਚ ਕੈਲੋਰੀਜ਼ ਜਿਹੜੀਆਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੀਆਂ। ਅਤੇ ਆਮ ਰੂਟੀਨ ਦੇ ਵਿੱਚ ਇੱਕ ਜਵਾਨ ਬੱਚੇ ਨੂੰ ਜਿਹੜਾ ਹੈ 1600, ਲੜਕੀ ਦੇ ਲਈ 1600 ਕੈਲੋਰੀ ਅਤੇ ਲੜਕਿਆਂ ਦੇ ਲਈ 1800 ਕੈਲੋਰੀ ਤੱਕ ਹੈ ਜਿਹੜਾ ਭੋਜਨ ਪਦਾਰਥ ਹੈ ਜਿਹੜੇ ਲੋੜੀਂਦੇ ਹੈ। ਅਤੇ ਜਦੋਂ ਅਸੀਂ ਜ਼ਿਆਦਾ ਮਾਤਰਾ ਦੇ ਵਿੱਚ ਤਲੇ ਹੋਏ ਪਦਾਰਥ ਜਾਂ ਡੀਪ ਫਰਾਈਡ ਤੇਲ ਦੇ ਵਿੱਚ ਚੰਗੀ ਤਰ੍ਹਾਂ ਪੱਕੇ ਹੋਏ ਪਦਾਰਥਾਂ ਦੀ ਵਰਤੋਂ ਕਰਾਂਗੇ ਤਾਂ ਸਾਡੇ ਜਿਹੜੇ ਚਮੜੀ ਹੈ ਉਸ ਦੇ ਵਿੱਚ ਜਾਂ ਲਹੂ ਧਮਣੀਆਂ ਦੇ ਵਿੱਚ ਚਰਬੀ ਦੀ ਮਾਤਰਾ ਵੱਧ ਜਾਵੇਗੀ ਅਤੇ ਉਸ ਦਾ ਨਤੀਜਾ ਕੀ ਹੁੰਦਾ, ਮੋਟਾਪਾ। ਅਤੇ ਇਕੱਲਾ ਮੋਟਾਪਾ ਹੀ ਨਹੀਂ, ਇਸ ਦੇ ਨਾਲ ਹੋਰ ਵੀ ਸਹਿ ਜਿਹੜੇ ਰੋਗ ਹੈ ਉਹ ਖਾਸ ਤੌਰ 'ਤੇ ਛੋਟੀ ਉਮਰ ਦੇ ਵਿੱਚ ਧਮਣੀਆਂ ਦੇ ਵਿੱਚ ਚਰਬੀ ਜਮ੍ਹਾਂ ਹੋਣ ਦੇ ਨਾਲ ਹਾਰਟ ਅਟੈਕ ਵਰਗੀਆਂ ਜਾਂ ਹਾਈ BP, ਹਾਈ ਬਲੱਡ ਪ੍ਰੈਸ਼ਰ ਵਰਗੀਆਂ ਜਿਹੜੀਆਂ ਬਿਮਾਰੀਆਂ ਉਹ ਪੈਦਾ ਹੋ ਜਾਂਦੀ ਹੈ। ਤਾਂ ਇੱਥੇ ਫਿਰ ਬੱਚੋ ਸਵਾਲ ਉੱਠਦਾ ਕਿ ਸਾਨੂੰ ਕਿਹੋ ਜਿਹੇ ਭੋਜਨ ਪਦਾਰਥ ਹੈ ਜਿਹੜੇ ਖਾਣੇ ਚਾਹੀਦੇ ਹੈ ਜਿਹਦੇ ਨਾਲ ਸਾਡੀਆਂ ਲੋੜੀਂਦੀਆਂ ਰੋਜ਼ਾਨਾ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਹੋਣ। ਤਾਂ ਇੱਥੇ ਕੋਸ਼ਿਸ਼ ਕੀਤੀ ਗਈ ਹੈ ਤੁਹਾਨੂੰ ਸੰਤੁਲਿਤ ਭੋਜਨ ਬਾਰੇ ਜਾਣਕਾਰੀ ਦੇਣ ਦੀ ਕਿ ਕਿੰਨੇ ਕੁ ਕਿਸ ਪੋਸ਼ਕ ਪਦਾਰਥ ਨੂੰ ਅਸੀਂ ਕਿੰਨੀ ਕੁ ਮਾਤਰਾ ਦੇ ਵਿੱਚ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਲੈਣਾ। ਫਲ ਅਤੇ ਸਬਜ਼ੀਆਂ ਬੱਚੋ 33% ਤੱਕ ਸਾਡੇ ਭੋਜਨ ਦੇ ਵਿੱਚ ਸ਼ਾਮਿਲ ਹੋਣੀਆਂ ਚਾਹੀਦੀਆਂ। ਇਸੇ ਤਰ੍ਹਾਂ ਦੁੱਧ ਅਤੇ ਦੁੱਧ ਤੋਂ ਬਣੇ ਹੋਏ ਉਤਪਾਦ ਲਗਭਗ 15% ਤੱਕ ਸਾਡੀ ਸੰਤੁਲਿਤ ਖੁਰਾਕ ਦੇ ਵਿੱਚ ਸ਼ਾਮਿਲ ਹੈ। ਬ੍ਰੈਡ, ਖਾਸ ਤੌਰ 'ਤੇ ਬਰਾਊਨ ਬ੍ਰੈਡ,
ਜਿਹੜੇ ਕਿ ਕਣਕ ਤੋਂ ਬਣੇ ਹੁੰਦੇ ਆ, ਅਨਾਜ ਤੋਂ ਬਣੇ ਹੁੰਦੇ, ਜਿਨ੍ਹਾਂ ਦੇ ਵਿੱਚ ਰਫਿਜ਼ ਵੀ ਹੁੰਦਾ, ਮੋਟਾ ਆਹਾਰ ਵੀ ਹੁੰਦਾ। ਕਿਉਂਕਿ ਜਿਹੜੇ ਚਿੱਟਾ ਬ੍ਰੈਡ ਹੈ ਉਹ ਜ਼ਿਆਦਾ ਤੌਰ 'ਤੇ ਛਿਲਕਾ ਉਤਾਰੀ ਹੋਈ ਕਣਕ ਤੋਂ ਤਿਆਰ ਕੀਤਾ ਜਾਂਦਾ ਹੈ, ਜਿਹਦੇ ਨਾਲ ਮੈਦਾ ਸਾਡੀਆਂ ਜਿਹੜੀਆਂ ਖੁਰਾਕ ਨਾਲੀ ਹੈ ਜਾਂ ਸਾਡੇ ਭੋਜਨ ਨਾਲੀ ਦੇ ਵਿੱਚ, ਸਾਡੇ ਧਮਣੀਆਂ ਦੇ ਵਿੱਚ ਜਦੋਂ ਖੁਰਾਕ ਤਰਲ ਹਾਲਤ ਦੇ ਵਿੱਚ ਸਵੈ ਅੰਗੀਕਰਨ ਦੇ ਲਈ, ਰਸਨ ਦੇ ਲਈ, ਊਰਜਾ ਪੈਦਾ ਕਰਨ ਦੇ ਲਈ ਵਰਤਿਆ ਜਾਂਦਾ, ਉਹ ਸਮੇਂ ਇਹ ਨੁਕਸਾਨ ਪਹੁੰਚਾਉਂਦੇ। ਬ੍ਰੈਡ, ਆਲੂ ਅਤੇ ਓਟਸ ਹੈ ਜਿਹੜੇ, ਇਹ 33% ਤੱਕ ਸਾਡੇ ਭੋਜਨ ਦੇ ਵਿੱਚ ਹੋਣੇ ਚਾਹੀਦੇ ਹਨ। ਮਾਸ, ਮੱਛੀ ਅਤੇ ਅੰਡੇ, ਜਿਨ੍ਹਾਂ ਤੋਂ ਸਾਨੂੰ ਚਰਬੀ, ਤੇਲ, ਪ੍ਰੋਟੀਨ ਮਿਲਦਾ, ਇਹ ਲਗਭਗ 12% ਤੱਕ ਸਾਡੇ ਭੋਜਨ ਦਾ ਹਿੱਸਾ ਹੁੰਦੇ ਹਨ। ਇਸੇ ਤਰ੍ਹਾਂ ਚਰਬੀ ਅਤੇ ਚੀਨੀ ਵਾਲੇ, ਨਿਸ਼ਾਸਤੇ ਵਾਲੇ ਭੋਜਨ ਹੈ ਜਿਹੜੇ, ਯਾਨੀ ਘੱਟ ਮਾਤਰਾ ਦੇ ਵਿੱਚ 7% ਜਿਹੜੇ ਸਾਡੇ ਸੰਤੁਲਿਤ ਭੋਜਨ ਦੇ ਵਿੱਚ ਸ਼ਾਮਲ ਕੀਤੇ ਗਏ। ਅਤੇ ਬੱਚੇ, ਜੇ ਅਸੀਂ ਇਸ ਤਰ੍ਹਾਂ ਦਾ ਸੰਤੁਲਿਤ ਭੋਜਨ ਖਾਵਾਂਗੇ ਤਾਂ ਸਾਡੀ ਜਿਹੜੀ ਸਿਹਤ ਹੈ, ਬਿਲਕੁਲ ਅਸੀਂ ਤੰਦਰੁਸਤ ਰਹਿ ਸਕਦੇ ਹਾਂ। ਅਤੇ ਇੱਕ ਤੰਦਰੁਸਤ ਨਰੋਆ ਸਰੀਰ ਹੈ ਜਿਹੜਾ, ਕਿਸ ਤਰ੍ਹਾਂ ਦਾ ਦਿਖਾਈ ਦਿੰਦਾ? ਚਮਕਦਾਰ ਚਮੜੀ, ਪੂਰਾ ਮਸਕੂਲਰ ਬਾਡੀ, ਠੀਕ ਹੈ, ਕੰਮ ਕਰਨ ਦੀ ਸਮਰੱਥਾ ਪੂਰੀ। ਇਸ ਤਰ੍ਹਾਂ ਜਿਹੜਾ ਹੈ, ਚੰਗੇ ਪੌਸ਼ਟਿਕ ਭੋਜਨ ਦੇ ਨਾਲ ਅਸੀਂ ਤੰਦਰੁਸਤ ਰਹਿ ਸਕਦੇ ਹਾਂ। ਬੱਚੇ, ਸਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਅਤੇ ਉਹਨਾਂ ਤੋਂ ਸਾਨੂੰ ਕੀ ਕੁਝ ਮਿਲਦਾ, ਇਸ ਚੀਜ਼ ਬਾਰੇ ਜੇ ਸਾਨੂੰ ਜਾਣਕਾਰੀ ਹੋਊਗੀ ਤਾਂ ਹੀ ਅਸੀਂ ਸਹੀ ਮਾਤਰਾ ਦੇ ਵਿੱਚ ਪੋਸ਼ਕ ਤੱਤ ਹੈ ਜਿਹੜੇ ਲੈ ਸਕਦੇ ਹਾਂ। ਟਮਾਟਰ ਵਿਟਾਮਿਨ ਸੀ ਦਾ ਭਰਪੂਰ ਸਰੋਤ ਹੈ। ਇਸੇ ਤਰ੍ਹਾਂ ਹੈਂਪ ਸੀਡਸ ਹੈ, ਇਹਨਾਂ ਦੇ ਵਿੱਚ ਪ੍ਰੋਟੀਨ ਬਹੁਤ ਮਾਤਰਾ ਦੇ ਵਿੱਚ ਹੁੰਦਾ। ਖੀਰਾ, ਕੁਕੰਬਰ, ਜਿਹੜਾ ਕਿ ਸਾਡੇ ਸਰੀਰ ਦੇ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕਰਦਾ। ਮਿਰਚ, ਹਰੀ, ਲਾਲ ਜਾਂ ਪੀਲੀ ਸ਼ਿਮਲਾ ਮਿਰਚ, ਜਿਸ ਨੂੰ ਆਪਾਂ ਆਮ ਭਾਸ਼ਾ ਦੇ ਵਿੱਚ ਬੋਲਦੇ ਹਾਂ, ਇਹ ਇੱਕ ਚੰਗਾ ਐਂਟੀਆਕਸੀਡੈਂਟ ਹੈ। ਗ੍ਰੇਪ ਫਰੂਟ, ਖੱਟੇ ਫਲ ਹੈ ਜਿਹੜੇ, ਇਹ ਸਾਡੇ ਲਿਵਰ ਦੀ, ਸਾਡੇ ਜਿਗਰ ਦੀ ਫੰਕਸ਼ਨਿੰਗ ਨੂੰ ਤੇਜ਼ ਕਰਦੇ ਹੈ। ਪਾਲਕ ਐਂਟੀ ਇਨਫਲੇਮੇਟਰੀ, ਸਾਡੇ ਸਰੀਰ ਦੇ ਵਿੱਚੋਂ ਬੈ ਨੂੰ ਖਤਮ ਕਰਦਾ, ਸੋਜ ਨੂੰ ਖਤਮ ਕਰਦਾ। ਇਸੇ ਤਰ੍ਹਾਂ ਐਵੋਕਾਡੋ, ਜਿਹੜਾ ਕਿ ਬਹੁਤ ਹੀ ਵਧੀਆ ਫਰੂਟ ਹੈ, ਫਲ ਹੈ, ਅਤੇ ਸਾਡੇ ਸਰੀਰ ਦੇ ਵਿੱਚ ਲਹੂ ਦੇ ਵਿੱਚ ਕੋਲੇਸਟ੍ਰੋਲ ਦੀ ਮਾਤਰਾ ਨੂੰ ਕੰਟਰੋਲ ਕਰਦਾ। ਅਤੇ ਜਿਹੜੀ ਲਸਣ ਹੈ ਬੱਚਿਓ, ਇਹ ਬੈਕਟੀਰੀਆ ਤੋਂ ਸਾਡੀ ਰੱਖਿਆ ਕਰਦੀ ਹੈ, ਐਂਟੀਬੈਕਟੀਰੀਅਲ ਹੈ, ਐਂਟੀਫੰਗਲ ਹੈ, ਐਂਟੀਵਾਇਰਲ ਅਤੇ ਐਂਟੀਸੈਪਟਿਕ, ਇਹਦੇ ਵਿੱਚ ਬਹੁਤ ਸਾਰੇ ਗੁਣ ਹੈ। ਸਾਨੂੰ ਇਨਫੈਕਸ਼ਨ ਤੋਂ ਬਚਾਉਂਦੀ ਹੈ ਅਤੇ ਬਹੁਤ ਸਾਰੀਆਂ ਲਾਗ ਵਾਲੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ। ਇਸ ਤਰ੍ਹਾਂ ਬੱਚਿਓ, ਜੇ ਸਾਨੂੰ ਭੋਜਨ ਦੇ ਤੱਤਾਂ ਬਾਰੇ ਪਤਾ ਹੋਊਗਾ ਅਤੇ ਕਿਹੜੀ ਚੀਜ਼ ਤੋਂ, ਕਿਹੜੇ ਭੋਜਨ ਪਦਾਰਥ ਤੋਂ ਕਿਹੜਾ ਪੌਸ਼ਟਿਕ ਤੱਤ ਮਿਲਦਾ, ਤਾਂ ਅਸੀਂ ਇਹਨਾਂ ਪਦਾਰਥਾਂ ਨੂੰ ਆਪਣੇ ਭੋਜਨ ਦੇ ਵਿੱਚ ਸ਼ਾਮਲ ਕਰਕੇ ਆਪਣੇ ਆਪ ਨੂੰ ਸਿਹਤਮੰਦ ਰੱਖ ਸਕਦੇ ਹਾਂ। ਬੱਚੋ, ਵਿਟਾਮਿਨ ਏ ਕਿੱਥੋਂ ਕਿੱਥੋਂ ਮਿਲਦਾ ਸਾਨੂੰ? ਗਾਜਰ, ਜਿਹੜੀ ਕਿ ਵਿਟਾਮਿਨ ਏ ਦਾ ਚੰਗਾ ਸਰੋਤ ਹੈ, ਪਪੀਤਾ, ਲਾਲ ਮੀਟ, ਅੰਡੇ, ਪਨੀਰ, ਸ਼ੱਕਰਕੰਦੀ, ਮਿਰਚ, ਐਵੋਕਾਡੋ, ਅੰਬ, ਮੱਛੀ, ਬਰੋਕਲੀ, ਸੁਕੈਸ਼, ਐਪਰੀਕੋਟਸ, ਆੜੂ, ਇਸੇ ਤਰ੍ਹਾਂ ਪੀਚਸ, ਮੈਲਨ, ਖਰਬੂਜੇ, ਇਹ ਸਾਰਿਆਂ ਦੇ ਵਿੱਚੋਂ ਸਾਨੂੰ ਵਿਟਾਮਿਨ ਏ ਭਰਪੂਰ ਮਾਤਰਾ ਦੇ ਵਿੱਚ ਮਿਲਦਾ। ਅਤੇ ਬੱਚੋ, ਜੇ ਵਿਟਾਮਿਨ ਏ ਦੀ ਘਾਟ ਹੋ ਜੇ, ਅਸੀਂ ਇਹ ਭੋਜਨ ਪਦਾਰਥ ਪ੍ਰੋਪਰ ਮਾਤਰਾ ਦੇ ਵਿੱਚ ਨਾ ਲਈਏ ਤਾਂ ਸਾਨੂੰ ਅੱਖਾਂ ਦਾ ਰੋਗ ਹੋ ਜਾਂਦਾ, ਜਿਸ ਦੇ ਕਾਰਨ ਅਸੀਂ ਘੱਟ ਰੋਸ਼ਨੀ ਦੇ ਵਿੱਚ ਦੇਖਣ ਤੋਂ ਅਸਮਰੱਥ ਹੋ ਜਾਂਦੇ। ਇਸ ਨੂੰ ਨਾਈਟ ਬਲਾਈਂਡਨੈਸ ਵੀ ਕਹਿੰਦੇ ਆ, ਅੰਧਰਾਤਾ ਵੀ ਕਹਿੰਦੇ ਆ, ਕਿਉਂਕਿ ਜਦੋਂ ਦਿਨ ਛਿਪਣਾ ਸ਼ੁਰੂ ਹੋ ਜਾਂਦਾ, ਹਨੇਰਾ ਹੋਣਾ ਸ਼ੁਰੂ ਹੋ ਜਾਂਦਾ ਤਾਂ ਦਿਖਾਈ ਦੇਣਾ ਘੱਟ ਹੋ ਜਾਂਦਾ। ਇਸੇ ਤਰ੍ਹਾਂ ਬੱਚੋ, ਵਿਟਾਮਿਨ ਬੀ ਕੰਪਲੈਕਸ, ਕੰਪਲੈਕਸ ਦਾ ਮਤਲਬ ਹੈ ਜਦੋਂ
एक तो वध किस्म दा विटामिन बी जड़े इकट्ठे हुंदे आ उन्हां नूं असीं एक कंपलैक्स जां संयुक्त विटामिन बी है जड़ा कह दिंदे आ। विटामिन बी सानूं कितों कितों मिलदा है? केले विचों, अंडे विचों ते अपने बदामां दे विच। इस तरह आलू है, मच्छी है, दालां हन, दलिया जां केला। इस तरह केले ते किशमिश जां जिसनूं आपां सौगी कह दिंदे आ, मिर्च, पालक, इस तरह स्ट्रॉबेरी, बीनस, ये सारे विटामिन बी दे चंगे स्रोत है। तो बच्चों जे विटामिन बी की घाट हो जाए तो की हुंदा? बेरी बेरी नां दा रोग हो जाता है। तुसी देख रहे हो जीव का की हाल है। इतों जीव के अलग अलग पोर्शन दिखाए गए। देखो किस तरह जीव है जिहड़ी साड़ी प्रभावित होंदी है, जां चमड़ी के उपर किस तरह रैशेस पै जाते हैं। विटामिन सी, जिन्ने खट्टे फल है बच्चों सारे दे विच्चों सानू विटामिन सी प्राप्त होंदा है। सिट्रस फ्रूट्स है, मौसमी जां तुसी संतरा लै लो, किनू लै लो, स्ट्रॉबेरी, कीवी, पपीता, टमाटो यानी टमाटर, अंब, वाटरमेलन, तरबूज ते अमरूद, इन्हां सारिआं दे विच विटामिन सी है जिहड़ा भरपूर मात्रा दे विच पाया जांदा है। ते विटामिन सी दे इस तों इलावा होर भी चंगे स्रोत है ब्रोकली, स्ट्रॉबेरी, मिर्च अते कीवी फल। ते जे विटामिन सी दी विचों घट हो जाए तां स्कर्वी रोग हो जांदा है जिहड़ा कि मसूड़ियां दा रोग है। इस दे नाल मसूड़ियां दे विचों जिहड़े कि दंदां नूं पकड़ के रखदे है सुंदरता प्रदान करदे है मूंह नूं, तुसीं इत्थे देख रहे हो किद्दां किड्डा भद्दा है जिहड़ा है सिस्टम दिखाई दे रहा दंदां दा। मसूड़े खराब हो जांदे है, ढिले पै जांदे है, दंदां दी पकड़ है जिहड़ी मसूड़ियां दे नालों ढिली पै जांदी है। इन्हां दे विच इत्थे आ जम्मिया होया पदार्थ दिखाई दे रहा जिस दे कारण दंद है जिहड़े उन्हां दे विच खाद पदार्थ जमा होण दे कारण जिहड़े है बदबू मारनी शुरू हो जांदी है मूँह दे विचों ते मसूड़ियां दे विचों खून निकलना शुरू हो जांदा है। ते जे सही समय ते सही इलाज ना किया जावे तां इह दंद है जिहड़े कई वारी झड़ने भी शुरू हो जांदे है। विटामिन डी कितों कितों सानू मिलदा है? मच्छी चों, अंडे दा जोक पीला हिस्सा, मीट, मांस, दुध अते सलाद जा उबलियां हुईयां आपां अनाज पुंगरे हुए अनाज ते उस दे विच जैसे कुछ फ्रूट स्ट्रॉबेरी वगैरह इकट्ठे किए गए हैं। इस तरह इत्थे बीवरेजेस दिखाए गए हैं फोर्टिफाइड जाने के जिमें शेक्स आपां कह सकते हैं, कोई भी शेक, मिल्क शेक हो सकता, बनाना शेक, ये सारे है जिहड़े विटामिन डी दे चंगे स्रोत है। ते जे बच्चों विटामिन डी दी घाट हो जाए तां हड्डियां दे विच कैल्शियम फास्फोरस दी नाल दे नाल घट हो जांदे। जिहड़ा विटामिन डी है कैल्शियम ते फास्फोरस नूं जज़ब करन दे विच शरीर दी मदद करदा है। ते इत्थे चित्र दे विच तुसीं देख रहे हो कि किस तरह बच्चों दीआं हड्डियां जिहड़ियां लत्तां किस तरह बिंगियां हो जांदियां ते बच्चे दा जिहड़ा है हड्डियां कमज़ोर होण दे कारण भुरभुरियां भी हो जांदियां, बहुत जल्दी टुटण दा खतरा रहिंदा। विटामिन ई जिहड़ा कि सानू ओलिव ऑयल, कणक दा जिहड़ा दलिया जां चोकर जिसनों आपां बूरा कह दिंदे आ, कणक दा छिलका उपरला उस दे विच्चों, सूरजमुखी दे बीज, इस तरह सूरज दी रोशनी दे विच सुकाए हुए टमाटर, बादाम अते मूंगफली, इन्हें ये सारे विटामिन ई दे चंगे स्रोत है। ते जे बच्चों विटामिन ई दी घाट हो जावे तां साडियां अखां दे विच चमक है जिहड़ी घट जांदी है, साडी चमड़ी है जिहड़ी डल हो जांदी है। विटामिन के जिहड़ा कि सानूं पालक, असपैरागस, ब्रोकली, बीन्स, सोयाबीन, मच्छी दे तेल, मीट, स्ट्रॉबेरीज अते अंडियां तों मिलदा है,
ਇਹ ਵਿਟਾਮਿਨ ਕੇ ਦੀ ਜੇ ਸਰੀਰ ਦੇ ਵਿੱਚ ਘਾਟ ਹੋ ਜਾਵੇ ਤਾਂ ਵੀ ਜਿਹੜਾ ਹੈ ਸਾਡੀ ਚਮੜੀ ਜਾਂ ਸਾਡੀਆਂ ਮਾਸਪੇਸ਼ੀਆਂ ਜਿਹੜੀਆਂ ਕਮਜ਼ੋਰ ਹੋ ਜਾਂਦੀਆਂ। ਅਤੇ ਇੱਥੇ ਜਿੰਨੇ ਵੀ ਆਪਾਂ ਹੁਣ ਤੱਕ ਵਿਟਾਮਿਨਸ ਬਾਰੇ ਜਾਣਕਾਰੀ ਹਾਸਿਲ ਕੀਤੀ ਉਹਨਾਂ ਦੀ ਸਮਰੀ ਇੱਕ ਵਾਰ ਆਪਾਂ ਦੁਬਾਰਾ ਕਰਦੇ ਹਾਂ। ਵਿਟਾਮਿਨ ਏ ਦੀ ਘਾਟ ਦੇ ਨਾਲ ਨਿਗਾਹ ਦਾ ਦੋਸ਼ ਹੋ ਜਾਂਦਾ ਹੈ, ਭਾਵ ਅੰਧਰਾਤਾ ਹੋ ਜਾਂਦਾ ਹੈ। ਇਹਦੇ ਲੱਛਣ ਕਿਸ ਤਰ੍ਹਾਂ ਦੇ ਹੋਣਗੇ, ਕਿਸ ਤਰ੍ਹਾਂ ਸਾਨੂੰ ਪਤਾ ਲੱਗੂਗਾ? ਹਨੇਰੇ ਦੇ ਵਿੱਚ ਘੱਟ ਦਿਖਾਈ ਦੇਊਗਾ। ਇਸੇ ਤਰ੍ਹਾਂ ਜਿਹੜਾ ਵਿਟਾਮਿਨ ਬੀ ਵਨ ਹੈ, ਇਹਦੇ ਨਾਲ ਬੇਰੀ ਨਾਂ ਦਾ ਰੋਗ ਹੋ ਜਾਂਦਾ ਹੈ, ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਅਤੇ ਥੋੜ੍ਹੇ ਜਿਹੇ ਕੰਮ ਕਰਨ ਦੇ ਨਾਲ ਹੀ ਅਸੀਂ ਥੱਕ ਜਾਂਦੇ ਹਾਂ। ਵਿਟਾਮਿਨ ਸੀ ਦੀ ਘਾਟ ਦੇ ਨਾਲ ਸਕਰਵੀ ਰੋਗ ਹੁੰਦਾ ਹੈ, ਇਹਦੇ ਨਾਲ ਮਸੂੜੇ ਕਮਜ਼ੋਰ ਹੋ ਜਾਂਦੇ ਆ ਅਤੇ ਉਹਨਾਂ ਦੇ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ। ਮੂੰਹ ਦੇ ਵਿੱਚੋਂ ਜਿਹੜੇ ਜਰਮਸ ਦੇ ਵਾਧੇ ਦੇ ਨਾਲ ਬਦਬੋ ਮਾਰਨੀ ਸ਼ੁਰੂ ਹੋ ਜਾਂਦੀ ਹੈ। ਵਿਟਾਮਿਨ ਡੀ ਰਿਕੇਟਸ ਨਾਂ ਦਾ ਰੋਗ ਹੋ ਜਾਂਦਾ ਹੈ, ਇਹਦੇ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਅਤੇ ਸਰੀਰ ਦੇ ਵਿੱਚ ਕੈਲਸ਼ੀਅਮ ਅਤੇ ਫਾਸਫੋਰਸ ਜਜ਼ਬ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ। ਇਸੇ ਤਰ੍ਹਾਂ ਬੱਚੋ, ਬਹੁਤ ਸਾਰੇ ਖਣਿਜ ਵੀ ਹੈ ਜਿਹੜੇ ਸਾਨੂੰ ਥੋੜ੍ਹੀ ਮਾਤਰਾ ਦੇ ਵਿੱਚ ਚਾਹੀਦੇ ਆ ਪਰ ਹੈ ਸਾਡੇ ਲਈ ਬਹੁਤ ਇੰਪੋਰਟੈਂਟ, ਜਿਵੇਂ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਸੋਡੀਅਮ, ਜ਼ਿੰਕ ਅਤੇ ਫਾਸਫੋਰਸ। ਇਹ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਇਹਨਾਂ ਦੀ ਮਾਤਰਾ ਜਿਹੜੀ ਸਾਨੂੰ ਘੱਟ ਚਾਹੀਦੀ ਹੈ। ਬੱਚੋ, ਹੱਡੀਆਂ ਮਜ਼ਬੂਤ ਕਰਨ ਦੇ ਲਈ ਸਾਨੂੰ ਕੈਲਸ਼ੀਅਮ ਦੀ ਜ਼ਿਆਦਾ ਲੋੜ ਹੁੰਦੀ ਹੈ। ਕੈਲਸ਼ੀਅਮ ਸਾਨੂੰ ਦੁੱਧ ਤੋਂ, ਦਹੀਂ ਤੋਂ, ਸੋਇਆਬੀਨ ਤੋਂ, ਸ਼ਲਗਮ, ਪਨੀਰ, ਭਿੰਡੀ, ਸੰਤਰੇ, ਸੀਸਮ ਸੀਡਸ, ਵੀਜ਼ਸ ਅਤੇ ਆਪਣਾ ਬਦਾਮਾਂ ਦੇ ਵਿੱਚੋਂ ਜਾਂ ਦਾਲਚੀਨੀ ਦੇ ਵਿੱਚੋਂ ਕੈਲਸ਼ੀਅਮ ਹੈ ਜਿਹੜਾ ਮਿਲਦਾ ਹੈ। ਅਤੇ ਜੇ ਕੈਲਸ਼ੀਅਮ ਦੀ ਘਾਟ ਹੋ ਜਾਏ ਤਾਂ ਬੱਚੋ ਕੀ ਹੁੰਦਾ, ਸਾਡੇ ਜੋੜਾਂ ਦੇ ਵਿੱਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਅਤੇ ਸਾਡੇ ਨਹੁੰ ਹੈ ਜਿਹੜੇ ਕੜਕੀਲੇ ਹੋ ਜਾਂਦੇ ਆ, ਬਹੁਤ ਜਲਦੀ ਭੁਰਨੇ ਸ਼ੁਰੂ ਹੋ ਜਾਂਦੇ ਆ ਅਤੇ ਮਸਲ ਪੇਨ ਸ਼ੁਰੂ ਹੋ ਜਾਂਦੀਆਂ, ਸਾਡੀਆਂ ਜਿਹੜੀਆਂ ਮਾਸਪੇਸ਼ੀਆਂ ਉਹ ਕਮਜ਼ੋਰ ਹੋ ਜਾਂਦੀਆਂ। ਆਇਓਡੀਨ ਵੀ ਸਾਨੂੰ ਥੋੜ੍ਹੀ ਮਾਤਰਾ ਦੇ ਵਿੱਚ ਚਾਹੀਦਾ ਪਰ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਆਲੂ ਦੇ ਵਿੱਚੋਂ, ਸਟ੍ਰੋਬਰੀ ਦੇ ਵਿੱਚੋਂ ਅਤੇ ਬੇਰ, ਇਸੇ ਤਰ੍ਹਾਂ ਨੇਵੀ ਬੀਨਸ ਹੈ, ਸਮੁੰਦਰੀ ਜਿਹੜੇ ਭੋਜਨ ਪਦਾਰਥ ਹੈ ਉਹਨਾਂ 'ਚੋਂ ਸਾਨੂੰ ਆਇਓਡੀਨ ਮਿਲਦਾ ਹੈ। ਅਤੇ ਜੇ ਇਹਦੀ ਘਾਟ ਹੋ ਜਾਏ ਤਾਂ ਗਿੱਲੜ ਨਾਂ ਦਾ ਜਿਹੜਾ ਰੋਗ ਹੈ ਹੋ ਜਾਂਦਾ ਹੈ। ਇਹਦੇ ਨਾਲ ਗਲੇ ਦੀ ਜਿਹੜੀ ਗ੍ਰੰਥੀ ਹੈ, ਥਾਇਰੋਇਡ ਗ੍ਰੰਥੀ ਹੈ, ਉਹ ਵੱਧ ਜਾਂਦੀ ਹੈ ਅਤੇ ਇਹਦੇ ਨਾਲ ਗਲੇ ਦੇ ਵਿੱਚ ਟੌਨਸਿਲ ਜਾਂ ਇਹ ਹੇਠਲਾ ਪੋਰਸ਼ਨ ਹੈ ਜਿਹੜਾ ਗਲੇ ਦਾ, ਉਹ ਵੱਧ ਜਾਂਦਾ, ਲਮਕਿਆ ਹੋਇਆ ਪ੍ਰਤੀਤ ਹੁੰਦਾ। ਜੇ ਆਇਓਡੀਨ ਭਰਪੂਰ ਭੋਜਨ ਲੈ ਜਾਣ ਤਾਂ ਇਸ ਰੋਗ ਤੋਂ ਰਾਹਤ ਪਾਈ ਜਾ ਸਕਦੀ ਹੈ। ਅਤੇ ਬੱਚਿਓ, ਅੱਜ ਦਾ ਜਿਹੜਾ ਇਹ ਲੈਕਚਰ ਸੀ ਸਾਰਿਆਂ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਅਤੇ ਜੇ ਤੁਹਾਨੂੰ ਭੋਜਨ ਦੇ ਵਿਚਲੇ ਪੋਸ਼ਕ ਤੱਤਾਂ ਬਾਰੇ ਪਤਾ ਹੋਊਗਾ ਤਾਂ ਹੀ ਤੁਸੀਂ ਉਹਨਾਂ ਦੀ ਇੰਪੋਰਟੈਂਸ ਸਮਝ ਸਕੋਗੇ ਅਤੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਹਨਾਂ ਭੋਜਨ ਪਦਾਰਥਾਂ ਨੂੰ ਲੈ ਕੇ ਤੁਸੀਂ ਸਿਹਤਮੰਦ, ਨਰੋਆ ਜੀਵਨ ਹੈ ਜਿਹੜਾ ਬਤੀਤ ਕਰ ਸਕਦੇ ਹੋ। ਮੈਨੂੰ ਆਸ ਹੈ ਕਿ ਅੱਜ ਦਾ ਇਹ ਲੈਕਚਰ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਇਆ ਹੋਊਗਾ ਅਤੇ ਅੱਜ ਤੋਂ ਬਾਅਦ ਜਿਹੜੇ ਬੱਚੇ ਦੁੱਧ, ਦਹੀਂ ਜਾਂ ਹਰੀਆਂ ਪੱਤੇਦਾਰ ਸਬਜ਼ੀਆਂ ਖਾਣ ਤੋਂ ਨਾ ਨੁੱਕਰ ਕਰਦੇ ਹੈ ਉਹ ਜ਼ਰੂਰ ਭੋਜਨ ਨੂੰ, ਇਹਨਾਂ ਭੋਜਨ ਪਦਾਰਥਾਂ ਨੂੰ ਆਪਣੇ ਭੋਜਨ 'ਚ ਸ਼ਾਮਿਲ ਕਰਨਗੇ ਅਤੇ ਸਿਹਤਮੰਦ ਹੋਣਗੇ। ਜੇ ਸਿਹਤਮੰਦ ਹੋਣਗੇ ਤਾਂ ਹੀ ਤੁਸੀਂ ਅੱਛੀ ਤਰ੍ਹਾਂ ਪੜ੍ਹ ਸਕਦੇ ਹੋ ਅਤੇ ਆਪਣਾ ਜੀਵਨ ਵਧੀਆ ਜਿਉਂ ਸਕਦੇ ਹੋ। ਧੰਨਵਾਦ।